ਸੂਰਾ ਮੇਰੇ ਮੰਜੇ ਪੰਡ ਠਣ ਬਿਰ ਮਨ ਸਿੱਖਾ ਪਤੰਸ ਮਾ ਦੀ ਨਹੀਂ ਕੋ ਤੰਸ ਸਾਡੇ ਵਾਲਮੀਕ ਜਿਹੜਾ ਭਰਾ ਹੈਗੇ ਨੇ ਦੇਸ਼ ਵਿੱਚ ਅੱਜ ਵਾਲਮੀਕ ਜਨਮ ਦਿਨ ਮਨਾ ਰਹੇ ਨੇ ਪਰ ਇਹਦਾ ਇਤਿਹਾਸ ਜਾਨਣਾ ਜ਼ਰੂਰੀ ਹੈ ਕਿ ਵਾਲਮੀਕ ਜਿਹੜੀ ਜਾਤੀ ਹੈ ਇਹ ਕਦੋਂ ਐਗਜ਼ਿਸਟੈਂਸ ਚਾਈ ਕਦੋਂ ਬਣੀ 1425 ਤੋਂ ਪਹਿਲੇ ਵੈਲਮਿਕ ਜਾਤੀ ਦਾ ਇਤਿਹਾਸ ਵਿੱਚ ਕਿਤੇ ਵੀ ਜ਼ਿਕਰ ਨਹੀਂ ਆਂਦਾ ਇਹ ਜਾਤੀ ਕਿੱਦਾਂ ਬਣਾਈ ਕਿਉਂ ਬਣੀ ਇਹਦਾ ਇਤਿਹਾਸ ਹੈ ਪਹਿਲੇ ਆਪਾਂ ਇਹ ਜਾਣੀਏ ਕਿ ਵੈਲਮਿਕ ਜੀ ਕੌਣ ਸੀ ਹਿੰਦੂ ਧਰਮ ਦੇ ਅੰਦਰ ਜਿਹੜਾ ਵਾਲਮੀਕ ਰਮਾਇਣ ਹੈ ਉਹਦੇ ਚ ਲਿਖਿਆ ਹੈ ਕਿ ਜਿਹੜੀ ਰਮਾਇਣ ਹੈ ਉਹ ਵਾਲਮੀਕ ਨੇ ਲਿਖੀ ਹੈ ਤੇ ਵਾਲਮੀਕ ਜੀ ਹੈਗੇ ਨੇ ਜਿਹੜੇ ਉਹ ਅਧਿਕ ਕਵੀ ਹੈਗੇ ਨੇ ਤੇ ਵਾਲਮੀਕ ਰਮਾਇਣ ਦੇ ਉੱਤਰ ਕਾਂਡ ਦਾ ਮੈਂ ਇੱਕ ਸ਼ਲੋਕ ਦਾ ਰੈਫਰੈਂਸ ਦੇਣਾ ਚਾਹੁੰਦਾ ਵਾਲਮੀਕ ਰਮਾਇਣ ਉੱਤਰ ਕਾਂਡ ਦੇ ਸਰਗ 16 ਸ਼ਲੋਕ ਦਾ ਜਿਹੜਾ ਅਰਥ ਹੈ ਉਹਦੇ ਚ ਵਾਲਮੀਕ ਜੀ ਨੇ ਕਿਹਾ ਹੈ ਰਾਮ ਮੈਂ ਪਰਚੇਤਾ ਦਾ ਦਸਵਾਂ ਪੁੱਤਰ ਆ ਮਨੁਸਮ੍ਰਿਤੀ ਵਿੱਚ ਵੀ ਲਿਖਿਆ ਹੈ ਕਿ ਪਰਚੇਤਾ ਬ੍ਰਹਮਾ ਦਾ ਪੁੱਤਰ ਸੀ ਰਮਾਇਣ ਦੇ ਨਾਮ ਨਾਲ ਜਿਹੜੀ ਪ੍ਰਚਲਿਤ ਕਿਤਾਬਾਂ ਹੈਗੀਆਂ ਉਹਦੇ ਵਿੱਚ ਮਹਾਕਵੀ ਵਾਲਮੀਕ ਨੇ ਆਪਣੇ ਆਪ ਨੂੰ ਬ੍ਰਾਹਮਣ ਵੰਸ਼ ਵਿੱਚ ਦੱਸਿਆ ਸਵਾਲ ਪੈਦਾ ਹੁੰਦਾ ਹੈ ਕਿ ਇੱਕ ਬ੍ਰਾਹਮਣ ਇਹ ਵਾਲਮਿਕ ਜਾਤੀ ਦਾ ਪੁਰੋਜ ਕਿੱਦਾਂ ਹੋ ਸਕਦਾ ਹੈ ਇਹਦੇ ਪਿੱਛੇ ਬੜੀ ਸਾਜ਼ਿਸ਼ ਹੈ ਉਹ ਕਹਾਣੀ ਵਿੱਚ ਮੈਂ ਜਾਣਾ ਚਾਹੁੰਦਾ ਉਸ ਤੋਂ ਪਹਿਲੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਸਫਾਈ ਕਰਮੀ ਜਾਤੀਆਂ ਹੈਗੀਆਂ ਇਹ ਭਾਰਤ ਵਿੱਚ ਅਲੱਗ-ਅਲੱਗ ਸਟੇਟਸ ਇਨਾਂ ਨੂੰ ਅਲੱਗ-ਅਲੱਗ ਨਾਮਾਂ ਨਾਲ ਜਾਣਿਆ ਜਾਂਦਾ ਥੋੜੇ ਜੇ ਨਾਮ ਮੈਂ ਦੱਸ ਰਿਹਾ ਲਾਲ ਬੇਗੀ ਚੂੜਾ ਖਾਗ ਰੋਲ ਭੰਗੀ ਮੇਤਰ ਡੋਮ ਹੇਲਾ ਧਾਨੋਗ ਸੁਦਰਸ਼ਨ ਅਨੇਕਾਂ ਨਾਮ ਅਲਗ ਅਲਗ ਸਟੇਟਾਂ ਵਿੱਚ ਇਹਨਾਂ ਨੂੰ ਲਈ ਦੇ ਜਿਹੜੇ ਸਫਾਈ ਕਰਮੀ ਲੱਗੇ ਹੋਏ ਨੇ ਹੋਇਆ ਕਿ ਕਿ 1900 ਬਾਈ ਵਿੱਚ ਬਾਬਾ ਸਾਹਿਬ ਨੇ ਜਿਹੜਾ ਸਵੀਪਰ ਯੂਨੀਅਨ ਬਣਾਈ ਤੇ ਉਹਦੀ ਪਹਿਲੀ ਮੀਟਿੰਗ ਉਹਨਾਂ ਨੇ ਬੰਬੇਜ ਕੀਤੀ ਦੂਸਰੀ ਮੀਟਿੰਗ ਉਹਨਾਂ ਨੇ ਕਲਕੱਤਾ ਵਿੱਚ ਕੀਤੀ ਤੇ ਉਸ ਵੇਲੇ ਜਿਹੜਾ ਉੱਤਰ ਭਾਰਤ ਸੀਗਾ ਉਹਦੇ ਵਿੱਚ ਅਛੋਤਾਨੰਦ ਮਹਾਰਾਜ ਤੇ ਪੰਜਾਬ ਵਿੱਚ ਮੰਗੋਰਾਮ ਮੋਂਗੋਵਾਲੀਆ ਦਾ ਆਦਿਤਰਮ ਅੰਦੋਲਨ ਬੜਾ ਜੋਰਾਂ ਸੋਰਾਂ ਨਾਲ ਚੱਲ ਰਿਹਾ ਸੀ ਤੇ ਉਹ Hindu ਧਰਮ ਦੇ ਖਿਲਾਫ ਸੀਗੇ ਇੱਧਰ ਜਦੋਂ ਬਾਬਾ ਸਾਹਿਬ ਨੇ ਡਿਕਲੇਅਰ ਕੀਤਾ ਕਿ ਇਹ ਮੇਰੇ ਬਸ ਵਿੱਚ ਨਹੀਂ ਸੀਗਾ ਕਿ ਮੈਂ Hindu ਧਰਮ ਵਿੱਚ ਪੈਦਾ ਹੋ ਗਿਆ ਪਰ ਇਹ ਮੇਰੇ ਬਸ ਵਿੱਚ ਹੈ ਕਿ ਮੈਂ Hindu ਧਰਮ ਵਿੱਚ ਮਰਾਂਗਾ ਨਹੀਂ ਤੇ ਉਹਨਾਂ ਨੇ ਅਛੋਤਾ ਨੂੰ ਅਗਾ ਕੀਤਾ ਕਿ Hindu ਧਰਮ ਤੁਸੀਂ ਤਿਆਗ ਦਿਓ ਕਿਉਂਕਿ Hindu ਧਰਮ ਦੇ ਵਿੱਚ ਰਹਿੰਦੇ ਹੋਏ ਤਾਨੂੰ ਜਿਹੜਾ ਹੈ ਉਹ ਪੇਤ ਪਾਉ ਜਿਹੜਾ ਸਾਹਮਣਾ ਕਰਨਾ ਪਏਗਾ ਇਸ ਤੋਂ ਤੁਹਾਨੂੰ ਛੁਟਕਾਰਾ ਨਹੀਂ ਮਿਲ ਸਕਦਾ ਉਸੇ ਵੇਲੇ 1925 ਦੀ ਗੱਲ ਹੈ ਇੱਕ ਕਿਤਾਬ ਆਈ ਸੀ ਭਾਰਤ ਮਾਤਾ ਇੱਕ ਲੇਡੀ ਅਮਰੀਕਨ ਰਾਈਟਰ ਸੀ ਉਹਨੇ ਇੰਡੀਆ ਦੀ ਵਿਜਿਟ ਕੀਤਾ ਤੇ ਉਹਨੇ ਉਹ ਕਿਤਾਬ ਲਿਖੀ ਤੇ ਉਹ ਬੜੀ ਪਪੂਲਰ ਹੋਈ ਉਸ ਲੇਡੀ ਨੇ ਹਿੰਦੁਸਤਾਨ ਦੇ ਜਿਹੜੇ ਗਰੀਬ ਸੀ ਉਹ ਗਰੀਬ ਕਿਹੜੇ ਸੀ ਐਈ ਦਲਿਤ ਸੀ ਇਹਨਾਂ ਦੇ ਮਹਿਲਾ ਵਾਸਤੇ ਜਿਹੜਾ ਉਹਨਾਂ ਨੇ ਲਿਖਿਆ ਸੀ ਉਹ ਬੜਾ ਮਾਰਮਿਕ ਉਹਨਾਂ ਨੇ ਲਿਖਿਆ ਤੇ ਉਹ ਐਨਾ ਹਿੰਦੁਸਤਾਨੀ ਚ ਮਤਲਬ ਜਿਹੜੇ ਗਾਂਧੀ ਸੀ ਹੋਰ ਜਿਹੜੇ ਸੀਗੇ ਨੇਤਾ ਇਥੇ ਲਾਲਾ ਲਾਜਪਤ ਰਾਏ ਦੂਜੇ ਤੀਜੇ ਸਾਰੇ ਇਹਨਾਂ ਨੂੰ ਸਭ ਲੜ ਗਿਆ ਸਭ ਲੜਦੇ ਮਤਲਬ ਇਹਨਾਂ ਦੀ ਬੇਚੈਨੀ ਹੋ ਗਈ ਇਨਾਂ ਨੂੰ ਇਹ ਕਹਿਣ ਲੱਗੇ ਭਈ ਇਹ ਤਾਂ ਬੜਾ ਗਲਤ ਹੋ ਰਿਹਾ ਤੇ ਉਸ ਵੇਲੇ ਬਾਬਾ ਸਾਹਿਬ ਨੇ ਵੀ ਡਿਕਲੇਅਰ ਕੀਤਾ ਸੀ ਕਿ ਮੈਂ ਇਸ ਧਰਮ ਵਿੱਚ ਮਰਨਾ ਨਹੀਂ ਚਾਹੁੰਦਾ ਤੇ ਕੀ ਹੋਇਆ ਉਹ ਕਹਿਣ ਲੱਗੇ ਕਿ ਅਗਰ ਇਹ ਸਫਾਈ ਕਰਮੀ ਸਮਾਜ ਤੇ ਚਮਾਰ ਸਮਾਜ ਕਿਉਂਕਿ ਉਹਨਾਂ ਨੇ ਕੀ ਕੀਤਾ ਲਾਹੌਰ ਵਿੱਚ ਇੱਕ ਮੀਟਿੰਗ ਰੱਖੀ ਉਹ ਮੀਟਿੰਗ ਵਿੱਚ ਮੋਤੀ ਲਾਲ 네ਹਰੂ ਐਮ ਕੇ ਗਾਂਧੀ ਪੰਡਿਤ ਅਮੀਚੰਦ ਤੇ ਨਾਲ ਪੰਡਿਤ ਮਦਨ ਮੋਹਲ ਮਾਲਵੀਆ ਇਹ ਮੇਨ ਆਦਮੀ ਸੀ ਇਹਨਾਂ ਨੇ ਇਹ ਕਿਹਾ ਭਈ ਅਗਰ ਇਹ ਸਾਰੇ ਸਫਾਈ ਕਰਮੀ ਤੇ ਚਮਾਰ ਸਮਾਜ ਦੇ ਲੋਕ ਜੇ ਅੰਬੇਡਰ ਨਾਲ ਲੱਗੇ ਸੇ ਸਾਡੇ ਘਰਾਂ ਸਫਾਈ ਕੌਣ ਕਰੇਗਾ ਇਹ ਅਗਰ ਸਫਾਈ ਕਰਮੀ ਚਲੇ ਗਏ ਤਾਂ ਸਿੱਧਾ ਬਦਬੂਤ ਸੜ ਕੇ ਘਰ ਜ ਮਰ ਜਾਵਾਂਗੇ ਤਾਂ ਉਹ ਕਹਿਣ ਲੱਗੇ ਇਹਦੇ ਲਈ ਕੁਝ ਕਰੋ ਤੇ ਮੀਟਿੰਗ ਕੀਤੀ ਤੇ ਉੱਥੇ ਇਹਨਾਂ ਦਾ ਫੈਸਲਾ ਹੋਇਆ ਤੇ ਉਹਨਾਂ ਨੇ ਆਰੀਆ ਸਮਾਜ ਲੋਕਾਂ ਨੇ ਖੋਜ نکਾਲਿਆ ਕਿ ਜਿਹੜਾ ਜੇ ਵਾਲਮੀਕ ਹੈ ਇਹਨੂੰ ਅਸੀਂ ਇਹਨਾਂ ਨਾਲ ਛੇਪ ਦਿੰਦੇ ਆ ਕਿ ਭਈ ਤੁਸੀਂ ਇਹਨਾਂ ਦੀ ਸੰਤਾਨ ਹੈਗੇ ਹੋ ਤੇ ਹਮੇਚਲ ਸ਼ਰਮਾ ਨੇ ਕੀ ਕੀਤਾ ਇੱਕ ਮੰਡਲੀ ਬਣਾਈ ਇਹ ਕਾਂਗਰਸ ਦਾ ਸੀਗਾ ਤੇ ਉਹਨਾਂ ਨੇ ਇਹਨਾਂ ਨੂੰ ਤਨਖਾਹ ਮਿਲਦੀ ਸੀ ਟੋਲਕ ਚਿਮਟਾ ਹਰਮੋਨੀਅਮ ਲੈ ਕੇ ਇਹਨਾਂ ਨੇ ਪਿੰਡ-ਪਿੰਡ ਵਿੱਚ ਜਾ ਕੇ ਪ੍ਰਚਾਰ ਕੀਤਾ ਕਿ ਬਈ ਤੁਸੀਂ ਜਿਹੜੇ ਹੈਗੇ ਹੋ ਤੁਸੀਂ ਜਿਹੜੇ ਹੈਗੇ ਭਗਵਾਨ ਵਾਲਮੀਕ ਜਿਹੜੇ ਹੈਗੇ ਨੇ ਤੁਸੀਂ ਉਹਨਾਂ ਦੀ ਸੰਤਾਨ ਹੋ ਤੇ ਵਾਲਮੀਕ ਭਗਵਾਨ ਜਿਹੜੇ ਹੈਗੇ ਨੇ ਉਹ ਤਾਂ ਪ੍ਰਗਟ ਹੋਈ ਸੀ ਕਮਲ ਦੇ ਉੱਤੇ ਤੇ ਉਹਨਾਂ ਨੇ ਹਜ਼ਾਰਾਂ ਸਾਲ ਪਹਿਲੇ ਰਾਮ ਦਾ ਚਰਿੱਤਰ ਲਿਖ ਛੱਡਿਆ ਸੀਗਾ ਰਾਮ ਬਾਦ ਵਿੱਚ ਆਇਆ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਬੜਾ ਚੜਾਇਆ ਤੇ ਐਸ ਤਾ ਐਸ ਤਾ ਜਦੋਂ ਉਹਨਾਂ ਨੇ ਸਾਰਾ ਪ੍ਰਚਾਰ ਕੀਤਾ ਤੇ ਜਿਹੜੇ ਇਹ ਲੋਕੀ ਸੀ ਪੰਗੀ ਤੇ ਲਾਲ ਵੇਗੀ ਇਹ ਆਪਣੇ ਆਪ ਨੂੰ ਵਲਮਿਕ ਕਹਿਣ ਲੱਗੇ ਤੇ ਇਹ ਕਹਿਣ ਲੱਗੇ ਸਿੱਧਾ ਭਈ ਬੜੇ ਮਹਾਨ ਕਵੀ ਦੇ ਉਹ ਸੀ ਵੰਸਾ ਜਾਗੇ ਨੇ ਲੇਕਿਨ ਮੈਂ ਇੱਕ ਗੱਲ ਪੁੱਛਣਾ ਚਾਹ ਰਹਾ ਵੈਸੇ ਕਿ ਕਵੀ ਦੇ ਨਾਂ ਤੇ ਕੋਈ ਜਾਤੀ ਹੁੰਦੀ ਨਹੀਂ ਭਾਰਤ ਵਿੱਚ ਕੋਈ ਜਾਤੀ ਨਹੀਂ ਹੈ ਬਾਲਮਿਕ ਜਾਤੀ ਨੂੰ ਅਸੀਂ ਕੱਢ ਦਈਏ ਤੇ ਕੋਈ ਜਾਤੀ ਨਹੀਂ ਹੈ ਫਿਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਹੈਗਾ ਵੀ ਜਿਹੜੇ ਚਮਾਰ ਜਾਤੀ ਹੈ ਤੇ ਇਹ ਵਾਲਮਿਕੀ ਜਾਤੀ ਜਿਹੜੀ ਪੰਗੀ ਜਾਤੀ ਹੈ ਇਹ ਲੜਕੂ ਕੋਮ ਹੈ ਇਹਨਾਂ ਨੂੰ ਤੁਸੀਂ ਫੜੋ ਚਮਾਰਾਂ ਨੂੰ ਉਹਨਾਂ ਕਹਿ ਛੜਿਆ ਬਈ ਤੁਸੀਂ ਤੇ ਜਟਾਈਉ ਦੀ ਔਲਾਦ ਹੋ ਤੁਸੀਂ ਜੱਟਵੋ ਉਹ ਜਟਾਈਉ ਨੇ ਆਪਣਾ ਜਾਨ ਦੇ ਛੱਡੀ ਸੀਤਾ ਮਾਤਾ ਵਾਸਤੇ ਤੁਸੀਂ ਤਾਂ ਸਾਡੇ ਸੀਤਾ ਮਾਤਾ ਦੇ ਰક્ષਕ ਹੋ ਐਦਾਂ ਕਰਕੇ ਉਹਨਾਂ ਨੇ ਗੱਲ ਫੈਲਾਈ ਲੇਕਿਨ ਜਿਹੜਾ ਜਾੜਾ ਸਮਾਜ ਸੀ ਉਹ ਸਮਝ ਗਿਆ ਕਿ ਇਹ ਇਹਨਾਂ ਦੀ ਚਾਲਾਂ ਨੇ ਤੇ ਉਹ ਉਹਨਾਂ ਦੇ ਪੰਜੇ ਵਿੱਚ ਨਹੀਂ ਆਏ ਲੇਕਿਨ ਜਿਹੜੇ ਸਫਾਈ ਕਰਮੀ ਸੀ ਇਹ ਇਹਨਾਂ ਦੇ ਪੰਜਾ ਵਿੱਚ ਆ ਗਏ ਤੇ ਇਹ ਪਿਛੜੇ ਰਹਿ ਗਏ ਨੇ ਤੇ ਬਾਕੀ ਜਿਹੜੇ ਹੈ ਤਰੱਕੀ ਕਰ ਗਏ ਨੇ ਤੇ ਕਹਿਣ ਦਾ ਮਤਲਬ ਇਹ ਹੈਗਾ ਕਿ ਹੋਰ ਅਗਰ ਅੱਜ ਦੇਖੀਏ ਅਸੀਂ ਜਿੰਨੇ ਵੀ ਮੰਦਰ ਹੈਗੇ ਨੇ ਇਹ ਉਦਾਂ ਕਹਿਣਗੇ ਕਿ ਰਮਾਇਣ ਉਸਨੇ ਲਿਖੀ ਪਰ ਵਾਲਮੀਕ ਦੀ ਕੋਈ ਵੀ ਤੁਹਾਨੂੰ ਮੂਰਤੀ ਕਿਸੇ Hindu ਮੰਦਰ ਵਿੱਚ ਨਹੀਂ ਮਿਲੇਗੀ ਕਿਧਰੇ ਵੀ ਚਲੇ ਜਾਓ ਭਾਰਤ ਵਰਸ ਦੇ ਇੱਕੋ ਇੱਕ ਪਿੰਡ ਵਿੱਚ ਤੁਸੀਂ ਜਾ ਕੇ ਦੇਖੋ ਜਿਹੜੇ ਸਾਡੇ ਸਫਾਈ ਕਰਮੀ ਜਿਹੇ ਹੈਗੇ ਨੇ ਤੇ ਨਾਲ ਜਿਹੜੇ ਜੱਟ ਆ ਵੀ ਚਮਾਰ ਸਮਾਜ ਆ ਗਏ ਇਹਨਾਂ ਦੇ ਮਕਾਨ ਤੁਹਾਨੂੰ ਪੀੜ ਦੇ ਨਾਲ ਪੀਠ ਮਿਲਿਓ ਮਿਲਣਗੇ ਤੇ ਇਹਨਾਂ ਵਿੱਚ ਵੀ ਇਹਨਾਂ ਨੇ ਫਰਕ ਪਾਇਆ ਤੂੰ ਵੱਡਾ ਹੈ ਇਹ ਛੋਟਾ ਹੈ ਇਹ ਉੱਚ ਹੈ ਇਹ ਨੀਚ ਹੈ ਉਹ ਮਿਲਦੇ ਨਹੀਂ ਅੱਜ ਵੀ ਗੱਲ ਹੁੰਦੀ ਹੈ ਤੇ ਅੱਜ ਵੀ ਉਹੀ ਗੱਲ ਇਹਨਾਂ ਚਲਾਈ ਚਲਾਈ ਹੋਈ ਹੈ ਕਿ ਤੁਹਾਡਾ ਅਧਿਕਾਰ ਹੈ ਜੱਟ ਖਾਗੇ ਇਹ ਖਾਗੇ ਤੁਹਾਨੂੰ ਛੱਡਤਾ ਉਹ ਹੁਣ ਵੀ ਇੰਨੀ ਕੋਸ਼ਿਸ਼ ਕਰ ਰਹੇ ਨੇ ਕਿ ਇੱਕ ਆਪਸ ਵਿੱਚ ਮਿਲਣ ਨਾ ਐਦਾਂ ਦੀਆਂ ਚਾਲਾਂ ਇਹਨਾਂ ਨੇ ਚਲੀਆਂ ਹੋਈਆਂ ਨੇ لیکن ਹੁਣ ਜਿਹੜੇ ਸਾਡੇ ਲੋਕੀ ਪੜ ਰਹੇ ਨੇ ਉਹ ਇਹ ਗੱਲ ਨੂੰ ਸਮਝ ਰਹੇ ਨੇ ਕਿ ਭਈ ਇਹ ਸਾਡੇ ਨਾਲ ਚਾਲ ਚਲੀ ਹੈ ਕਿਉਂਕਿ ਜਦੋਂ ਅਸੀਂ ਇਤਿਹਾਸ ਪੜਦੇ ਆ ਉਹਦੇ ਜਦੋਂ ਸਾਮਨ ਕਮਿਸ਼ਨ 1927 ਵਿੱਚ ਭਾਰਤ ਵਰਸ ਆਇਆ ਤੇ ਉਹ ਇਸ ਵਾਸਤੇ ਆਇਆ ਸੀ ਕਿ ਇੱਥੇ ਦੇ ਛੋਟਾ ਨਾਲ ਕੀ ਵਿਵਹਾਰ ਕਰ ਰਹੇ ਨੇ ਤੇ ਬਾਬਾ ਸਾਹਿਬ ਨੇ ਰਾਉਂਡ ਟੇਬਲ ਕਾਨਫਰੰਸ ਵਿੱਚ 1930 ਚ ਔਰ ਰਖਣੀ ਸੀ ਰਿਪੋਰਟ ਤੇ ਉਹ ਸਟੱਡੀ ਕਰਨ ਵਾਸਤੇ ਆਏ ਸੀ ਸਾਈਮਨ ਕਮਿਸ਼ਨ ਜਦੋਂ ਇੱਥੇ ਆਇਆ ਤੇ ਹਿੰਦੂਵਾਦੀ ਲੋਕਾਂ ਨੇ ਆर्य ਸਮਾਜੀ ਲੋਕਾਂ ਨੇ ਉਹਨਾਂ ਦਾ ਬੇਇਸ਼ਕਾਰ ਕੀਤਾ ਕਿ ਤੁਸੀਂ ਗਲਤ ਆ ਰਹੇ ਹੋ ਤੇ ਉਸ ਵੇਲੇ ਜਿਹੜਾ ਜਦੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਲਾਲਾ ਲਾਜਪਤ ਰਾਏ ਨੂੰ ਲੱਠੀ ਲੱਗੀ ਉਹ ਕਹਿਣ ਲੱਗੇ ਜੀ ਉਹ ਲਾਲਾ ਲਾਜਪਤ ਰਾਏ ਸ਼ਹੀਦ ਹੋ ਗਿਆ ਪਰ ਇਤਿਹਾਸ ਵਿੱਚ ਲਿਖਿਆ ਨਾਨਾ ਲਾਜਪਤ ਰਾਏ ਉਸ ਤੋਂ 25 ਦਿਨ ਬਾਅਦ ਹਾਰਟ ਅਟੈਕ ਨਾਲ ਉਹਦੀ ਡੈਥ ਹੋਈ ਹੈ ਤੇ ਉਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਉਹ ਲਾਠੀ ਲੱਗਣ ਨਾਲ ਮਰਿਆ ਸੀ ਪਰ ਇਹ ਛੜਾ ਦਿੰਦੇ ਨੇ ਉਹਨਾਂ ਨੇ ਫਿਰ ਵੀ ਬਾਬਾ ਸਾਹਿਬ ਨੇ ਸੈਮਨ ਕਮਿਸ਼ਨ ਨੂੰ ਸਾਰੀ ਸਟੱਡੀ ਕਰਾਈ ਤੇ ਦੱਸਿਆ ਇੱਥੇ ਦੇ ਹਾਲਾਤ ਦੱਸੇ ਤੇ ਫਿਰ ਸਾਨੂੰ ਕਮਨਲ ਵੋਟ ਮਿਲਿਆ ਸੀ ਕਿ ਸਾਡੇ ਡਬਲ ਅਧਿਕਾਰ ਦਾ ਜਿਹੜਾ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਸੀ ਜਦੋਂ ਉਹ ਮਿਲਿਆ ਤੇ ਉਹ ਗਾਂਧੀ ਨੇ ਮਰਨ ਵਰਤ ਰੱਖ ਲਿਆ ਇਹ ਸਾਰੀ ਸਟੋਰੀ ਬਹੁਤ ਲੰਬੀ ਹੈਗੀ ਏ ਯਾਰ ਜਿਹੜੇ ਇਸ ਨੇ ਮਰਨ ਵਰਤ ਰੱਖਿਆ ਤੇ ਉਹਦੇ ਬਾਅਦ ਫਿਰ ਜਿਹੜਾ ਪੂਨਾ ਪੈਕਟ ਦਾ ਸਮਝੌਤਾ ਹੋਇਆ ਤੇ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਵਾਲਮੀਕ ਜਿਹੜਾ ਹੈਗਾ ਉਹਦੇ ਕੋਈ ਮਤਲਬ ਨਹੀਂ ਹੈਗਾ ਸਫਾਈ ਕਰਮੇ ਜਿਹੜੀ ਜਾਤੀਆਂ ਹੈਗੀਆਂ ਕਿਉਂਕਿ ਵਾਲਮੀਕ ਰਿਮਾਈਂਡ ਕੋਈ ਬੰਦਾ ਪੜ ਲੇ ਕਿਉਂਕਿ ਜਿੰਨੇ ਵੀ ਸਮਾਜਿਕ ਕਾਰਜਕਰਤਾ ਬਣੇ ਹੋਏ ਨੇ ਸਮਾਜ ਦੇ ਉਹਨਾਂ ਨੇ ਕਿਸੇ ਨੇ ਵਾਲਮੀਗ੍ਰਮਾਇਣ ਨਹੀਂ ਪੜੀ ਗੀਤਾ ਪ੍ਰੈਸ ਦੀ ਵਾਲਮੀਗ੍ਰਮਾਇਣ 350 ਰੁਪਏ ਦੀ ਆਂਦੀ ਹੈ ਮੈਂ ਚੈਲੰਜ ਕਰ ਰਿਹਾ ਕਿ ਤੁਸੀਂ ਜੋ ਇਸ ਗੱਲ ਨੂੰ ਨਹੀਂ ਮੰਨ ਰਿਹਾ ਮੇਰੀ ਨੂੰ ਉਹ ਜਾ ਕੇ ਵਾਲਮੀਗ੍ਰਮਾਇਣ ਪੜ ਲੇ ਉਹ ਪੜੇਗਾ ਉਹਦੇ ਹੋਸ਼ ਉੱਡ ਜਾਣਗੇ ਉਹ ਕਦੇ ਵੀ ਜਾ ਕੇ ਇਹਨੂੰ ਮੰਨੇਗਾ ਨਹੀਂ ਕਿ ਇਹ ਸਾਡਾ ਕੁਝ ਹੈਗਾ ਉਹ ਚਿਪਿਆ ਹੋਇਆ ਹੈ ਇਨੂੰ ਛੱਡੋ 바ਵਾ ਸਾਹਿਬ ਨੂੰ ਮੰਨੋ ਜੇਦੀ 바ਵਾ ਸਾਹਿਬ ਨੂੰ ਇਹ ਸਮਝ ਮੰਨ ਜਾਏਗਾ ਅੱਜ ਵੀ ਮੈਂ ਕਹਿ ਰਿਹਾ ਇੱਕ ਦੋ ਦਿਨੇ ਕੰਮ ਛੱਡ ਦੇ ਦੋ ਦਿਨ ਕਰ ਕੰਮ ਛੱਡ ਦੇ ਹਿੰਦੁਸਤਾਨ ਦਾ ਨਾਕਿਸ ਦਮ ਆ ਜਾਏਗਾ ਸਫਾਈ ਸਾਡੇ ਸੰਡੇ ਨੂੰ ਨਹੀਂ ਹੁੰਦੀ ਤੇ ਸਾਡੇ ਇਥੇ ਮੁਸ਼ਕਲ ਹੋ ਜਾਂਦੀ ਹੈ ਤੇ ਮੈਂ ਕਹਿਣਾ ਚਾਹੁੰਦਾ ਇਸ ਸਮਾਜ ਦੇ ਲੋਕਾਂ ਨੂੰ ਸਾਵਧਾਨ ਹੋ ਜਾਓ 바ਵਾ ਸਾਹਿਬ ਨੂੰ ਮੰਨੋ ਉਹਦੇ ਚ ਹੀ ਸਾਡਾ ਕਲਿਆਣ ਹੈ ਸਮਨ ਸਿੰਘ ਵਿੱਚ ਆ ਜਾਓ ਸਮਨ ਸੰਗ ਵਿੱਚ ਕੋਈ ਜਾਤੀ ਨਹੀਂ ਹੈ ਕੋਈ ਇਹਦੇ ਚ ਜਾਤੀ ਦਾ ਉਹ ਨਹੀਂ ਅਭਿਆਸ ਹੁੰਦਾ ਤੁਸੀਂ ਆਓ ਵੈਲਕਮ ਹੈ ਤੁਹਾਡਾ ਸਮਨ ਸੰਗ ਨਾਲ ਜੁੜੋ ਜੁੜਾਂਗੇ ਜੋੜਾਂਗੇ ਚੱਕ ਦਾਂਗੇ ਫੱਟੇ ਦਬਦੇ ਆ ਕਿੱਲੀ ਹਿਲਾ ਛੱਡਾਂਗੇ ਦਿੱਲੀ ਜੈ ਭੀਮ ਨੋ ਬੁਧਾਏ ਸੰਗਮ ਨਮਾਸੀ ਸੋ थैंक यू ਵੈਰੀ ਮੱਚ आप सभी से ये निवेदन है कि अगर आपको ये वीडियो अच्छी लगती है या बाकी वीडियो अच्छी लगी हैं और आपको लगता है कि धमकी वीडियो किसी को और मिलनी चाहिए या किसी को गिफ्ट में भेजनी चाहिए या किसी भाषा में कन्वर्ट करके आगे बढ़ानी चाहिए या प्रिंट में किताब में छापनी चाहिए या इसकी जो ऑडियो है उसे निकाल के भेजना चाहिए या इसका किसी पार्ट को इस्तेमाल करना चाहिए तो आपको लिबर्टी है आपको छूट है ये सभी कॉपीराइट फ्री हैं आप अपने फेसबुक पे अपने पेज पे अपने ट्विटर पे या अपने हैंडल पे या लिंक को कहीं भी शेयर कर सकते हैं कहीं भी चला सकते हैं आप यूट्यूब पे भी चला सकते हैं अपने नाम से चला सकते हैं इसके लिए इजाज़त लेने की या परमिशन लेने की बिल्कुल भी जरूरत नहीं है आप इसको अपना मान के चलाएँ क्योंकि धम्म सबका है हम जो बताते हैं वो भगवान बुद्ध का है या महापुरुषों का है उन्हीं की बात को सरल भाषा में बताते हैं हमारा सिर्फ इतना राइट है इस पर कि हम इसको लोड कर देते हैं बाकी सारी ये पूंजी आपकी है धन्यवाद रेण गच्छामि